ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਨੀ ਆ ਜੋ ਸੁਖਪਾਲ ਸਿੰਘ ਖਹਿਰੇ ਦੇ ਨਾਲ ਹੋਇਆ। ਕੇਂਦਰੀ ਏਜੰਸੀ ਈਡੀ ਵੱਲੋਂ ਸੁਖਪਾਲ ਸਿੰਘ ਖਹਿਰੇ ਦੀ ਪੁਰਾਣੇ ਇੱਕ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ। ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਉਦੋਂ ਪੁੱਛਗਿੱਛ ਹੁੰਦੀ ਰਹੀ ਆ, ਉਹਦੇ ਘਰ ਛਾਪੇ ਵੱਜਦੇ ਰਹੇ ਨੇ, ਪਰ ਅੱਜ ਆਖਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਸੀਂ ਇਹ ਨਹੀਂ ਕਹਿੰਦੇ ਕਿ ਖਹਿਰੇ 'ਚ ਕੋਈ ਕਮੀਆਂ ਨਹੀਂ ਹੋਣਗੀਆਂ, ਘਾਟਾਂ ਨਹੀਂ ਹੋਣਗੀਆਂ, ਅਨੇਕਾਂ ਕਮੀਆਂ ਹੋਣਗੀਆਂ ਸੁਖਪਾਲ ਸਿੰਘ ਖਹਿਰੇ ਦੇ ਵਿੱਚ। ਪਰ ਜਿੱਥੋਂ ਤੱਕ ਗੱਲ ਸੁਖਪਾਲ ਸਿੰਘ ਖਹਿਰੇ ਦੀ ਬੇਵਾਕੀ ਦੀ ਹੈ, ਚਾਹੇ UAP ਦਾ ਮੁੱਦਾ ਹੋਵੇ, ਜਦੋਂ ਲਗਾਤਾਰ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਉੱਤੇ UAPA ਲਾ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਸੀ, ਉਦੋਂ ਬੜੇ ਬੇਵਾਕੀ ਦੇ ਨਾਲ, ਬੜੇ ਧਰਲੇ ਦੇ ਨਾਲ ਸੁਖਪਾਲ ਸਿੰਘ ਖਹਿਰੇ ਵਰਗਿਆਂ ਨੇ ਆਵਾਜ਼ ਉਠਾਈ ਸੀ ਅਤੇ ਕਈ ਬੰਦਿਆਂ ਨੂੰ, ਦੋ ਤਿੰਨ ਬੰਦਿਆਂ ਨੂੰ UAPA ਦੇ ਵਿੱਚੋਂ ਛਡਾਇਆ ਵੀ ਸੀ ਅਤੇ ਠੱਲ ਵੀ ਪਈ ਸੀਗੀ ਇਸ ਗੱਲ ਨੂੰ, ਜਦੋਂ ਵਿਰੋਧ ਕੀਤਾ ਸੀਗਾ, ਵਿਰੋਧ ਉੱਠਿਆ ਸੀਗਾ ਪੂਰੇ ਪੰਜਾਬ ਦੇ ਵਿੱਚੋਂ। ਅਤੇ ਸੁਖਪਾਲ ਸਿੰਘ ਖਹਿਰੇ ਨੇ ਪਹਿਲ ਕੀਤੀ ਸੀ ਕਿ ਕੇਂਦਰੀ ਏਜੰਸੀ ਜਿਹੜੀ NIA ਆ, ਉਹ ਕਿਵੇਂ UAPA ਲਾ ਕੇ ਨੌਜਵਾਨਾਂ ਦੇ ਉੱਤੇ ਅਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਰਹੇ ਨੇ। ਜਾਂ ਇਹਤੋਂ ਇਲਾਵਾ ਜਿੰਨੇ ਵੀ ਪੰਜਾਬ ਦੇ ਹੋਰ ਮੁੱਦੇ ਹੋਣ, ਜਦੋਂ ਜਦੋਂ ਵੀ ਪੰਜਾਬ ਦੇ ਨਾਲ ਜਿਹੜਾ ਕੇਂਦਰ ਨੇ ਉਹ ਧੱਕਾ ਕੀਤਾ, BSF ਦੀ ਗੱਲ ਹੋਵੇ, BSF ਦੇ ਘੇਰੇ ਦੀ ਗੱਲ ਹੋਵੇ, ਅੱਧਾ ਪੰਜਾਬ ਕਬਜ਼ੇ 'ਚ ਕਰਨ ਦੀ ਗੱਲ ਹੋਵੇ, NRI ਜਿਹੜੇ ਬਾਹਰਲੇ ਮੁਲਕਾਂ ਤੋਂ ਪੰਜਾਬ ਆ ਰਹੇ ਸੀਗੇ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਨੂੰ ਜਹਾਜ਼ਾਂ ਦੇ ਅੱਡਿਆਂ ਤੋਂ ਵਾਪਸ ਮੋੜ ਦਿੱਤਾ ਗਿਆ ਕੋਈ ਨਾ ਕੋਈ ਬਹਾਨਾ ਬਣਾ ਕੇ, ਜਾਂ ਹੋਰ ਕਿੰਨੇ ਵੀ ਮਸਲੇ ਹੋਣ, ਜਦੋਂ ਕਦੇ ਇੱਥੇ ਕਿਤਾਬਾਂ ਰੱਖਣ ਦੇ ਦੋਸ਼ ਦੇ ਵਿੱਚ ਪੰਜਾਬ ਦੇ 3 ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ, ਜਾਂ ਹੋਰ ਵੀ ਕਿੰਨੇ ਮਸਲੇ ਜਿਹੜੇ ਹੈਗੇ ਆ ਪੰਜਾਬ ਦੇ ਲੈ ਕੇ, ਪੰਜਾਬ ਨੂੰ ਲੈ ਕੇ, ਜਦੋਂ 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 ਕੇਂਦਰ ਨੇ ਪੰਜਾਬ ਦੇ ਨਾਲ ਧੱਕੇਸ਼ਾਹੀ ਕੀਤੀ ਆ, ਅਤੇ ਉਦੋਂ ਹੀ ਸੁਖਪਾਲ ਸਿੰਘ ਖਹਿਰੇ ਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਠੀਕ ਹੈ, ਮੈਂ ਪਹਿਲਾਂ ਕਹਿ ਚੁੱਕਿਆ ਕਿ ਅਨੇਕਾਂ ਕਮੀਆਂ ਘਾਟਾਂ ਇਨਸਾਨਾਂ ਦੇ ਅੰਦਰ ਹੁੰਦੀਆਂ ਨੇ, ਕੋਈ ਅਸੀਂ ਇਹ ਨਹੀਂ ਕਹਿੰਦੇ ਕਿ ਖਹਿਰੇ ਨੂੰ ਅਸੀਂ ਕੋਈ ਸਰਟੀਫਿਕੇਟ ਨਹੀਂ ਦੇ ਰਹੇ ਕਿ ਖਹਿਰਾ ਬੜਾ ਸਾਫ਼ ਸੁਥਰਾ, ਪਰ ਜਿਹੜੀ ਗੱਲ ਅੱਜ ਹੈ, ਅੱਜ ਆਪਾਂ ਦੇਖ ਰਹੇ ਹਾਂ ਇੱਕ ਪਾਸੇ ਹਾਲਾਤ ਜਿਹੜੇ ਬਣੇ ਹੋਏ ਨੇ ਇਸ ਮੁਲਕ ਦੇ ਅੰਦਰ, ਬੰਗਾਲ ਤੋਂ ਲੈ ਕੇ ਰਾਜਸਥਾਨ ਤੱਕ, ਪੂਰੇ ਭਾਰਤ ਦੇ ਅੰਦਰ ਜਿਹੜਾ ਵੀ ਬੰਦਾ ਆਪਣੇ ਲੋਕਾਂ ਦੀ ਗੱਲ ਕਰਦਾ, ਲੋਕਾਂ ਦੇ ਹੱਕਾਂ ਦੀ ਗੱਲ ਕਰਦਾ, ਆਪਣੇ ਸੂਬੇ ਦੇ ਹੱਕਾਂ ਦੀ ਗੱਲ ਕਰਦਾ, ਆਪਣੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ, ਸੈਂਟਰ ਦੇ ਜ਼ੁਲਮ ਦੀ ਗੱਲ ਕਰਦਾ, ਜਾਂ ਉਹ ਕਿਵੇਂ ਸੈਂਟਰ ਆ ਜਿਹੜਾ, ਕਿਵੇਂ ਕੇਂਦਰ ਦੀ ਜਿਹੜੀ BJP ਹਕੂਮਤ ਹੈ, ਕਿਵੇਂ ਕੇਂਦਰੀ ਏਜੰਸੀਆਂ ਨੂੰ ਵਰਤ ਰਹੀ ਹੈ ਨਿੱਜੀ ਇੱਕ ਜਾਇਦਾਦ ਬਣਾ ਕੇ, ਕੇਂਦਰੀ ਏਜੰਸੀਆਂ ਨੂੰ ਕਿਵੇਂ ਉਹਦੀ ਦੁਰਵਰਤੋਂ ਹੋ ਰਹੀ ਹੈ, ਕਿਵੇਂ ਵਰਤਿਆ ਜਾ ਰਿਹਾ ਬੰਦਿਆਂ ਦੇ ਖਿਲਾਫ, ਇਹ ਕੋਈ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੇਗੀ, ਕੋਈ ਗੁੱਝਾ ਨਹੀਂ ਰਹਿ ਗਿਆ ਸਾਰਾ ਹਾਲਾਤ। ਆਪਾਂ ਦੇਖ ਹੀ ਰਹੇ ਹਾਂ ਕਿ ਇੱਥੇ ਹਰ ਉਹ ਬੰਦੇ ਨੂੰ ਇੱਥੇ ਦੱਬਿਆ ਜਾ ਰਿਹਾ, ਉਹਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਜਿਹੜਾ ਬੰਦਾ ਵੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦਾ, ਜਾਂ ਜਿਹੜਾ ਬੰਦਾ ਵੀ ਸਰਕਾਰ ਨੂੰ ਲੱਗਦਾ ਕਿ ਲੋਕਾਂ ਨੂੰ ਜਗਾ ਸਕਦਾ ਹੈ, ਜਾਗਰੂਕ ਕਰ ਸਕਦਾ, ਲੋਕਾਂ ਨੂੰ ਲਾਮਬੰਦ ਕਰ ਸਕਦਾ, ਇਹ ਸਾਡੇ ਜਿਹੜਾ ਹੁਕਮ ਹੈ ਉਹਦੀ ਨਾਫਰਮਾਨੀ ਕਰ ਰਿਹਾ, ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਹੈਗਾ, ਉਸ ਹਰ ਇੱਕ ਬੰਦੇ ਨੂੰ ਸੈਂਟਰ ਦੀ ਇੱਕ ਨੀਤੀ ਹੈ ਕਿ ਉਸ ਬੰਦੇ ਨੂੰ ਕਿਵੇਂ ਦੱਬਣਾ, ਕਿਵੇਂ ਉਹਦੀ ਆਵਾਜ਼ ਨੂੰ ਬੰਦ ਕਰਨਾ, ਕਿਵੇਂ ਉਹਨੂੰ ਕੁਚਲਣਾ। ਸੋ ਭਰਾਵੋ, ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ, ਅਤੇ ਨਾਲ ਦੀ ਨਾਲ ਮੈਂ ਅਪੀਲ ਕਰਦਾ ਜਿੰਨੀਆਂ ਸਿਆਸੀ ਧਿਰਾਂ ਨੇ, ਬੇਸ਼ੱਕ ਉਹ ਕਾਂਗਰਸ ਹੈ, ਕਾਂਗਰਸ ਦੇ ਵਿੱਚ ਚਲੋ ਅੱਜ ਖਹਿਰਾ ਸੀਗਾ, ਉਹਨਾਂ ਦਾ ਫਰਜ਼ ਹੀ ਬਣਦਾ, ਉਹਨਾਂ ਦੀ ਪਾਰਟੀ ਦਾ ਬੰਦਾ ਸੀ ਆਵਾਜ਼ ਬੁਲੰਦ ਕਰਨ ਦਾ। ਇਹ ਤੋਂ ਇਲਾਵਾ ਜਿਹੜੀਆਂ ਦੂਜੀਆਂ ਧਿਰਾਂ ਹੈਗੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ BJP ਨੂੰ ਛੱਡ ਕੇ, ਹੋਰ ਜਿੰਨੀਆਂ ਵੀ ਪਾਰਟੀਆਂ, ਚਾਹੇ ਬਹੁਜਨ ਸਮਾਜ ਪਾਰਟੀ ਹੈ, ਚਾਹੇ ਕੋਈ ਕਾਮਰੇਡਾਂ ਦੀ ਪਾਰਟੀ ਹੈ, ਹਰ ਪਾਰਟੀ ਨੂੰ ਇਸ ਦੇ ਖਿਲਾਫ ਅੱਜ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਸਾਡੇ ਰਾਜਨੀਤਿਕ ਬਖਰੇਵੇਂ ਹਜ਼ਾਰਾਂ ਹੋ ਸਕਦੇ ਨੇ, ਪਰ ਯਾਰ ਜੇ ਇਸ ਤਰ੍ਹਾਂ ਹੋਣ ਲੱਗ ਗਿਆ ਤਾਂ ਇਸ ਪੰਜਾਬ ਲਈ, ਸਾਡੇ ਲੋਕਾਂ ਲਈ ਕੋਈ ਆਵਾਜ਼ ਬੁਲੰਦ ਕਰਨ ਵਾਲਾ ਰਹਿਣਾ ਨਹੀਂ ਇੱਥੇ, ਹਰ ਬੰਦੇ ਨੇ ਚੁੱਪ ਕਰ ਜਾਣਾ। ਆਪਾਂ ਦੇਖ ਰਹੇ ਹਾਂ ਕਿਵੇਂ ਮੀਡੀਆ ਨੂੰ ਵੀ, ਮੀਡੀਆ ਦਾ ਵੀ ਗਲਾ ਘੁੱਟਿਆ ਜਾ ਰਿਹਾ ਹੈ,
ਕਿਵੇਂ ਪੱਤਰਕਾਰਾਂ ਨੂੰ ਫੜ ਫੜ ਅੰਦਰ ਦੇਈ ਜਾਂਦੇ ਆ, ਕਿਵੇਂ ਲੇਖਕਾਂ ਨੂੰ, ਕਿਵੇਂ ਬੁੱਧੀਜੀਵੀਆਂ ਨੂੰ, ਸਾਰਿਆਂ ਨੂੰ ਫੜ ਫੜ ਕੇ, ਕੋਈ ਵਕੀਲ ਹੈ, ਹਰ ਬੰਦੇ ਨੂੰ, ਜਿਨ੍ਹਾਂ ਦੀਆਂ ਉਮਰਾਂ ਵੀ ਆਪਾਂ ਦੇਖੀਆਂ ਕੋਈ 80-80 ਸਾਲ, ਕੋਈ 90-90 ਸਾਲ ਦੇ ਬੰਦੇ, 70-70 ਸਾਲ ਦੇ ਬੰਦੇ, ਜਿਹੜੇ ਬਜ਼ੁਰਗ ਨੇ, ਚੱਲ ਫਿਰ ਵੀ ਨਹੀਂ ਸਕਦੇ, ਉਹ ਵੀ ਫੜ ਕੇ ਅੰਦਰ ਦਿੱਤੇ ਹੋਏ ਨੇ। ਜਾਣੇ ਕੋਈ ਵੀ ਆਵਾਜ਼ ਐਸੀ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਜਿਹੜੀ ਆਵਾਜ਼ ਲੋਕਾਂ ਦੀ ਗੱਲ ਕਰਦੀ ਹੋਵੇ, ਉਸ ਹਰ ਆਵਾਜ਼ ਨੂੰ ਦੱਬਿਆ ਜਾ ਰਿਹਾ। ਮੈਂ ਸਾਂਝੇ ਮੋਰਚੇ ਦੇ ਜਿਹੜੇ ਸਾਡੇ ਕਿਸਾਨ ਆਗੂ ਆ, ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਵੀ ਇਹਦੇ ਖਿਲਾਫ਼ ਆਵਾਜ਼ ਬੁਲੰਦ ਕਰੋ, ਕਿਤੇ ਇਕੱਠੇ ਹੋ ਕੇ ਸਾਰੀਆਂ ਸਿਆਸੀ ਪਾਰਟੀਆਂ ਆਵਾਜ਼ ਬੁਲੰਦ ਕਰੋ। ਦੂਜੇ ਪਾਸੇ ਆਪਾਂ ਇਨਸਾਫ਼ ਦੀ ਗੱਲ ਕਰਦੇ ਹਾਂ, ਆ ਜਿਹੜੀਆਂ ਕੇਂਦਰੀ ਏਜੰਸੀਆਂ ਨੇ, ਉਹਨਾਂ ਨੇ ਹਾਲੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਏ ਬੇਅਦਬੀ ਦੇ ਮਸਲੇ ਦੇ ਉੱਤੇ, ਗੋਲੀਕਾਂਡ ਦੇ ਮਸਲੇ ਦੇ ਉੱਤੇ, ਮੌਲ ਬੰਬ ਕਾਂਡ ਦੇ ਮਸਲੇ ਦੇ ਉੱਤੇ ਆਪਾਂ ਦੇਖਿਆ ਕਿ ਕਿੰਨਾ ਕੁ ਉਹਨਾਂ ਨੇ ਕੰਮ ਕੀਤਾ, ਜਾਂ ਕਿੰਨਾ ਕੁ ਉਹਨਾਂ ਨੇ ਉਹ ਬੰਦੇ ਲੱਭ ਲਏ ਨੇ ਜਿਹੜੇ ਬੰਦੇ ਇਹ ਸਾਰੇ ਕੁਦੇ ਦੋਸ਼ੀ ਨੇ। ਸੋ ਭਰਾਵੋ, ਇਸ ਕਰਕੇ ਇਹ ਬੇਨਤੀ ਕਰਦਾ ਕਿ ਜੇ ਅਸੀਂ ਅਸੀਂ ਚੁੱਪ ਹੁੰਦੇ ਰਹੇ ਨਾ, ਕੋਈ ਗੱਲ ਨਹੀਂ, ਅੱਜ ਖੈਰ ਨੂੰ ਫੜ ਕੇ ਲਗਾਏ ਆ, ਕੱਲ੍ਹ ਨੂੰ ਕਦੋਂ ਨੂੰ ਹੋਰ ਲੈ ਜਾਣਗੇ ਫੜ ਕੇ, ਤਾਂ ਇੱਥੇ ਕੋਈ ਵੀ ਬੰਦਾ ਨਹੀਂ ਬਚਣਾ। ਇੱਥੇ ਕੋਈ ਵੀ ਬੰਦਾ, ਫਿਰ ਯਾਦ ਰੱਖਿਓ, ਸਾਡੇ ਲੋਕਾਂ ਨੂੰ ਦੱਬਿਆ ਜਾਣਾ, ਕੁਚਲਿਆ ਜਾਣਾ, ਸਾਡੇ ਹੱਕਾਂ ਨੂੰ ਲਤਾੜਿਆ ਜਾਣਾ, ਸਾਡੀ ਹਰ ਉਹ ਆਵਾਜ਼ ਨੂੰ ਦੱਬ ਦਿੱਤਾ ਜਾਣਾ, ਬੰਦ ਕਰ ਦਿੱਤਾ ਜਾਣਾ, ਜਾਂ ਕਾਲ ਕੋਠੜੀਆਂ ਦੇ ਵਿੱਚ ਤਾੜ ਦਿੱਤਾ ਜਾਣਾ, ਜਿਹੜੀ ਆਵਾਜ਼ ਆਪਣੇ ਅੱਜ ਲੋਕਾਂ ਲਈ ਉੱਠਦੀ ਹੈ, ਜਿਹੜੀ ਆਵਾਜ਼ ਆਪਣੇ ਲੋਕਾਂ ਲਈ ਬੋਲਦੀ ਆ। ਸੋ ਇਸ ਕਰਕੇ ਚੁੱਪ ਨਾ ਰਿਹਾ ਕਰੋ ਯਾਰ, ਇਹਦੇ ਇੱਕ ਪੂਰੀ ਲਹਿਰ ਬਣਨੀ ਚਾਹੀਦੀ ਹੈ ਇਸ ਮਸਲੇ ਨੂੰ ਲੈ ਕੇ, ਚਾਹੇ ਅਸੀਂ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਅਸੀਂ, ਚਾਹੇ ਟਵਿੱਟਰ ਦੇ ਉੱਤੇ ਲੈ ਕੇ ਜਾਈਏ ਇਸ ਗੱਲ ਨੂੰ, ਚਾਹੇ ਅਸੀਂ ਕੁਛ ਜਿਹੜੀ ਫੇਸਬੁੱਕ ਹੈ, ਕੋਈ ਵਟਸਐਪ ਹੈ, ਜਿਹੜਾ ਵੀ ਸਾਡੇ ਕੋਲ ਅਸੀਂ ਕੋਈ ਵਰਤਦੇ ਹਾਂ ਸਾਰਾ ਹਿਸਾਬ ਕਿਤਾਬ, ਇਹਦੇ ਉੱਤੇ ਸਾਨੂੰ ਇੱਕ ਬਹੁਤ ਵੱਡਾ ਜਿਹੜਾ ਮਾਹੌਲ ਬਣਾਉਣਾ ਚਾਹੀਦਾ। ਮੈਂ ਤਾਂ ਕਹਿੰਦਾ ਟਵਿੱਟਰ ਦੇ ਉੱਤੇ ਜਿਹੜਾ ਇਹ ਬਣਾਉਣਾ ਚਾਹੀਦਾ, ਟ੍ਰੈਂਡਿੰਗ ਦੇ ਵਿੱਚ ਟਵਿੱਟਰ ਜਿਹੜਾ ਆਉਣਾ ਚਾਹੀਦਾ, ਅੱਜ ਸਫਾਲ ਕਹਿਰੇ ਦੇ ਹੱਕ ਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਦਾ, ਬਾਹਰ ਬੈਠਿਆਂ ਨੂੰ ਵੀ, ਇੱਥੇ ਬੈਠਿਆਂ ਨੂੰ ਵੀ, ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਭਾਰਤ ਜਿਹੜਾ ਕਿਹਾ ਜਾਂਦਾ ਕਿ ਇੱਥੇ ਡੈਮੋਕ੍ਰੈਸੀ ਹੈ, ਇੱਥੇ ਲੋਕਤੰਤਰ ਹੈ, ਇੱਥੇ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਉੱਥੇ ਕਿਵੇਂ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ, ਕਿਵੇਂ ਲਤਾੜਿਆ ਜਾਂਦਾ ਲੋਕਾਂ ਦੇ ਹੱਕਾਂ ਨੂੰ, ਇਹ ਆਵਾਜ਼ ਪੂਰੀ ਦੁਨੀਆ ਨੂੰ ਸੁਣਨੀ ਚਾਹੀਦੀ ਆ। ਤਾਂ ਭਰਾਵੋ, ਜੇ ਅਸੀਂ ਕੋਈ ਨਹੀਂ ਕੁਛ ਕਰ ਸਕਦੇ ਕਿਤੇ ਬੈਠੇ, ਤਾਂ ਘੱਟੋ ਘੱਟ ਟਵਿੱਟਰ ਵਗੈਰਾ ਜਾਂ ਹੋਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਮੁਹਿੰਮ ਨੂੰ ਚਲਾ ਹੀ ਸਕਦੇ ਹਾਂ, ਸਰਗਰਮ ਕਰ ਹੀ ਸਕਦੇ ਹਾਂ, ਪੂਰੀ ਦੁਨੀਆ ਦੇ ਵਿੱਚ ਦਿਖਾ ਸਕਦੇ ਹਾਂ ਕਿ ਦੇਖੋ ਯਾਰ ਆਹ ਭਾਰਤ ਦੇ ਆਹ ਭਾਰਤ ਦਾ ਕੰਮ ਆ, ਐਂ ਇੱਥੇ ਜਿਹੜੇ ਲੋਕ ਨੇ ਆਪਣੇ ਹੱਕਾਂ ਲਈ, ਆਪਣੇ ਲੋਕਾਂ ਲਈ ਬੋਲਦੇ ਨੇ, ਉਹਨਾਂ ਨੂੰ ਐਂ ਦੱਬਿਆ ਜਾਂਦਾ, ਐਂ ਕੁੱਟਿਆ ਜਾਂਦਾ। ਕੋਈ ਮਨੀ ਲਾਂਡਰਿੰਗ ਦਾ ਪੁਰਾਣਾ ਕੇਸ ਚੱਕ ਕੇ ਈਡੀ ਨੇ ਪਹਿਲਾਂ ਲਗਾਤਾਰ ਮਾਹੌਲ ਬਣਾਇਆ, ਫਿਰ ਉਹ ਚੱਕ ਕੇ ਜਿਹੜਾ ਉਹ ਅੰਦਰ ਸੁੱਟ ਦਿੱਤਾ ਗਿਆ। ਪਤਾ ਨਹੀਂ ਕਦੋਂ ਜ਼ਮਾਨਤ ਹੋਣੀ ਹੈ, ਕਦੋਂ ਨਹੀਂ ਹੋਣੀ, ਇਹ ਅਗਲੀਆਂ ਗੱਲਾਂ ਨੇ, ਕਾਨੂੰਨੀ ਪ੍ਰਕਿਰਿਆ ਚੱਲ ਪਈ ਹੈ। ਪਰ ਅੱਜ ਦਾ ਫਿਲਹਾਲ ਜਿਹੜੀ ਉਹਨਾਂ ਨੇ ਦੇਖਿਆ ਕਿ ਲਗਾਤਾਰ ਇਹ ਬੰਦਾ, ਮੈਂ ਨਹੀਂ ਦੇਖਿਆ, ਇੱਕ ਪਾਸੇ ਜਦੋਂ ਬੀਜੇਪੀ ਦੀ ਹਕੂਮਤ, ਇੱਥੋਂ ਕੈਪਟਨ ਰਲਿਆ ਹੋਇਆ ਸੀ ਨਾਲ ਮੁੱਖ ਮੰਤਰੀ ਪੰਜਾਬ ਵਾਲਾ, ਬੀਜੇਪੀ ਦੀ ਹਕੂਮਤ ਇੱਥੇ ਧੱਕੇਸ਼ਾਹੀ ਕਰ ਰਹੀ ਸੀ ਪੰਜਾਬ ਦੇ ਵਿੱਚ, ਤਾਂ ਇਹ ਬੰਦਾ ਬੋਲਣ ਵਾਲਾ ਮੈਂ ਇੱਕ ਬੰਦਾ ਦੇਖਿਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਘੱਟ ਬੰਦੇ, ਅਜੇ ਸਾਰੇ ਬੰਦੇ ਤੁਰੇ ਫਿਰਦੇ ਆ ਕਿ ਮੈਂ ਪੰਜਾਬ ਦਾ ਬਹੁਤ ਵੱਡਾ ਦਰਦੀ ਹਾਂ, ਮੈਂ ਲੋਕਾਂ ਦਾ ਹਮੇਤੀ ਹਾਂ, ਪਰ ਮੈਂ ਨਹੀਂ ਦੇਖਿਆ ਇਹਦੇ ਵਾਂਗੂ ਕੋਈ ਬੰਦਾ ਬੋਲਦਾ। ਸਾਰੇ ਬੰਦੇ ਵੋਟਾਂ ਵਾਲੇ ਹਿਸਾਬ ਕਿਤਾਬ 'ਚ ਤੁਰੇ ਫਿਰਦੇ ਵੀ ਆਪਾਂ ਨੂੰ ਕੋਈ ਇੱਧਰੋਂ ਨਾ ਹੋ ਜਾਵੇ, ਇੱਧਰੋਂ ਨਾ ਹੋ ਜਾਵੇ, ਆਪਾਂ 2022 ਦੇ ਵਿੱਚ ਸਰਕਾਰ ਬਣਾਉਣੀ ਹੈ, ਵੋਟਾਂ ਲੈਣੀਆਂ ਨੇ, ਬਸ ਇਹ ਜੋੜ ਤੋੜ ਤਾਂ ਤੁਰੇ ਫਿਰਦੇ ਆ ਸਾਰੇ, ਪਰ ਜਿੱਥੇ ਕਿਤੇ ਕੋਈ ਧੱਕਾ ਹੁੰਦਾ ਲੋਕਾਂ ਦੇ ਨਾਲ, ਉੱਥੇ ਬਹੁਤ ਘੱਟ ਬੰਦੇ ਬੋਲੇ। UAPA ਦੇ ਕਿੰਨੇ ਕੁ ਬੰਦੇ ਬੋਲੇ ਆ? ਬਹੁਤ ਥੋੜ੍ਹੇ ਬੰਦੇ ਬੋਲੇ ਆ, ਜਿਹਨਾਂ 'ਚ ਸੁਖਪਾਲ ਸਿੰਘ ਖਹਿਰਾ ਇੱਕ, ਡਾਕਟਰ ਧਰਮਵੀਰ ਗਾਂਧੀ ਆ, ਬਹੁਤ ਥੋੜ੍ਹੇ ਬੰਦੇ ਬੋਲੇ ਹੋਣੇ ਆ। ਆ ਜਿਹੜੇ ਦੂਜੇ ਭਾਵ ਫਿਰਦੇ, ਜਿਹੜੇ ਰਵਾਇਤੀ ਫਿਰਦੇ ਨੇ, ਇਹਨਾਂ 'ਚੋਂ ਨਹੀਂ ਕੋਈ ਬੋਲਿਆ, ਕੋਈ ਆਮ ਆਦਮੀ ਪਾਰਟੀ ਵਾਲਾ ਨਹੀਂ ਬੋਲਿਆ ਹੋਣਾ, ਕਿਉਂਕਿ ਇਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਸਾਰੋ ਕਰਨੀ ਹੈ। ਠੀਕ ਆ, ਲੋਕਾਂ ਨੂੰ ਦੱਬ ਦਿਓ, ਕੁਚਲ ਦਿਓ, ਕੋਈ ਪਰਵਾਹ ਨਹੀਂ। ਸੋ ਭਰਾਵੋ, ਅਪੀਲ ਕਰਦਾ ਇੱਕ ਤਾਂ ਅਖੀਰ ਦੇ ਉੱਤੇ ਕਿ ਆਹ ਜਿਹੜੇ ਟ੍ਰੈਂਡਿੰਗ ਦੇ ਵਿੱਚ ਜਾਣਾ ਚਾਹੀਦਾ ਸਾਡਾ ਜਿਹੜਾ ਸੁਖਪਾਲ ਖਹਿਰੇ ਦੇ ਹੱਕ ਦੇ ਵਿੱਚ, ਜਿਹੜਾ ਟਵਿੱਟਰ ਆ, ਇੱਥੇ ਟਵੀਟ ਵਗੈਰਾ ਜੋ ਕਰਨਾ ਉਹ ਪੂਰਾ ਚੱਲਣਾ ਚਾਹੀਦਾ, ਪਹੁੰਚੇ ਪੂਰੀ ਦੁਨੀਆ ਦੇ ਵਿੱਚ ਖਬਰ, ਅਤੇ ਸੋਸ਼ਲ ਮੀਡੀਆ 'ਤੇ ਜਿੰਨਾ ਵੱਧ ਤੋਂ ਵੱਧ ਚਲਾ ਸਕਦੇ ਹਾਂ, ਤਾਂ ਵੱਧ ਤੋਂ ਵੱਧ ਮੇਰਾ ਵੀਰ ਇਸ ਗੱਲ ਨੂੰ ਆਪਾਂ ਉਭਾਰੀਏ। ਅਤੇ ਮੈਂ ਫਿਰ ਕਹਿੰਦਾ ਯਾਰ, ਜਿੰਨੀਆਂ ਸਿਆਸੀ ਧਿਰਾਂ ਨੇ, ਜਿੰਨੇ ਰਾਜਨੀਤਿਕ ਲੀਡਰ ਨੇ, ਜਿੰਨੇ ਸਾਡੇ ਸਾਂਝੇ ਮੋਰਚੇ ਵਾਲੇ ਕਿਸਾਨ ਆਗੂ ਆ, ਹਰ ਬੰਦੇ ਦਾ, ਹਰ ਜਥੇਬੰਦੀ ਦਾ, ਹਰ ਪਾਰਟੀ ਦਾ ਹੁਣ ਫਰਜ਼ ਬਣਦਾ
कि सारिया गल्लां भुल भुला के आवाज बुलंद करके नहीं फिर भरावो अज खहरा गया कल किसी की बारी हो सकती है कल किसी नूं जाके अंदर सट सकदे आ फिर यही हालात होंदे होंदे लोग चुप कर जाण ना घर च बड़ जाण जुल्म के खिलाफ हथियार सट दे भी छड्डो यार आपां की बोल के लैणा ढेरी ढा दे तो फिर ऐं हुंदा हुंदा सो आ सानूं बोलण की लोड़ आ आवाज बुलंद करन की लोड़ आ सो आओ आपां सारे इकट्ठे होके आ सुखपाल सिंह खैरे दे हक दे बच्चे आवाज बुलंद करिए ਉਹ ਸੈਕਟਰ ਸਰਕਾਰ ਤੱਕ ਪਤਾ ਲੱਗਣਾ ਚਾਹੀਦਾ ਵੀ ਨਹੀਂ ਇਕੱਲਾ ਖਹਿਰਾ ਨਹੀਂ ਖਹਿਰੇ ਦੇ ਮਗਰ ਪੂਰਾ ਪੰਜਾਬ ਖੜ੍ਹਾ ਹੈ ਪੂਰੇ ਪੰਜਾਬੀ ਖੜ੍ਹੇ ਨੇ ਉਹ ਅੱਜ ਪੰਜਾਬੀ ਉਹ ਪੰਜਾਬ ਦੇ ਲੋਕ ਸਿਆਸੀ ਧਿਰਾਂ ਚਾਹੇ ਕੋਈ ਵੀ ਧਿਰਾਂ ਹੋਣ ਉਹ ਬਖਰੇਵਿਆਂ ਤੋਂ ਉੱਪਰ ਉੱਠ ਕੇ ਧੜਿਆਂ ਤੋਂ ਉੱਪਰ ਉੱਠ ਕੇ ਅੱਜ ਖੜ੍ਹੇ ਆ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਸਾਡਾ ਭਰਾ ਹੋਣ ਦੇ ਨਾਤੇ ਸੁਖਪਾਲ ਸਿੰਘ ਖਹਿਰੇ ਦੇ ਨਾਲ ਖੜ੍ਹੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।